ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ। ਹਾਂਜੀ, ਕੀ ਹਾਲ ਨੇ ਭਰਾਵਾਂ ਦੇ? ਠੀਕ ਹੋ? ਸਿਹਤ ਤਬੀਅਤ ਠੀਕ ਹੈ? ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਬਸ ਦੱਸਣਾ ਹੈ ਕਿ ਅਗਰ ਕੋਈ ਤੁਸੀਂ ਨਵਾਂ ਵੈਪਨ ਖਰੀਦਦੇ ਹੋ, ਉਹਨੂੰ ਫਾਇਰ ਕਰਨ ਤੋਂ ਪਹਿਲਾਂ ਉਹਦੇ ਨਾਲ ਕੁਝ ਐਸਾ ਕੀ ਕਰਨਾ ਚਾਹੀਦਾ ਕਿ ਸਾਡੇ ਕੋਲ ਉਹ ਪਿਸਟਲ ਜਾਂ ਰਾਈਫਲ ਲੰਬੇ ਅਰਸੇ ਵਾਸਤੇ ਚੱਲੇ, ਸਾਨੂੰ ਤੰਗ ਨਾ ਕਰੇ ਅਤੇ ਖਾਸ ਕਰ ਇਹਨੂੰ ਜੰਗ ਨਾ ਲੱਗੇ। ਇਹ ਮੈਂ ਤੁਹਾਨੂੰ ਅੱਜ ਦੀ ਵੀਡੀਓ 'ਚ ਤਕਨੀਕ ਬੜੀ ਨਾ ਅਹਿਮ ਲੱਗਾ ਦੱਸਣ। ਜਿਸ ਲਈ ਅਸਾਂ ਕੋਈ ਨਵੀਂ ਰਾਈਫਲ ਜਾਂ ਕੋਈ ਨਵਾਂ ਪਿਸਟਲ ਲੈਂਦੇ ਹਾਂ ਨਾ, ਅਤੇ ਇਸ ਪਾਸੇ ਅਸੀਂ ਗੌਰ ਕੋਈ ਨਹੀਂ ਕਰੀਦਾ, ਅਤੇ ਜਿਹਦੀ ਵਜ੍ਹਾ ਤੋਂ ਫਿਰ ਬਾਅਦ 'ਚੋਂ ਮਸਲੇ ਬਣਦੇ ਨੇ, ਅਤੇ ਮਸਲੇ ਕੀ ਬਣਦੇ ਨੇ ਇਹ ਵੀ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜਿਸ ਲਈ ਕੋਈ ਨਵਾਂ ਅਸੀਂ ਹਥਿਆਰ ਲਈਦਾ ਨਾ, ਅਤੇ ਕੰਪਨੀ ਵਾਲੇ ਕੀ ਕਰਦੇ ਨੇ ਕਿ ਇਹਦੀ ਬੈਰਲ, ਇਹਦੀ ਬਾਡੀ, ਇਹਦੇ ਸਾਰੇ ਪੁਰਜ਼ਿਆਂ 'ਤੇ ਨਾ ਉਹਨਾਂ ਗਰੀਸ ਲਾਈ ਹੁੰਦੀ ਹੈ, ਅਤੇ ਗਰੀਸ ਲਾ ਕੇ ਅਤੇ ਉਸ ਪਿਸਟਲ ਜਾਂ ਰਾਈਫਲ ਨੂੰ ਕਿਸੇ ਕਾਗਜ਼ ਵਿੱਚ ਲਪੇਟ ਕੇ ਅਤੇ ਛਾਪਰ 'ਚ ਨਾ ਮਤਲਬ ਕਿ ਸੀਲ ਬੰਦ ਕੀਤਾ ਹੁੰਦਾ, ਅਤੇ ਅਸੀਂ ਕੀ ਕਰੀਦਾ, ਲਿਆਈਦਾ, ਲਿਆ ਕੇ ਜਨਾਬ ਟਾਕੀ ਸ਼ਾਕੀ ਮਾਰੀ ਦੀ ਹੈ, ਅਤੇ ਅਸੀਂ ਫਾਇਰ ਕੱਢਣ ਲੱਗ ਪਈਦਾ, ਅਤੇ ਫਾਇਰ ਕੱਢ ਕੇ ਅਤੇ ਬੈਰਲ ਬੁਰਲ ਸਾਫ਼ ਕੀਤੀ, ਅਤੇ ਬਸ ਅੱਲਾ ਅੱਲਾ ਅਤੇ ਖੈਰ ਸਲਾਹ। ਅਤੇ ਜਿਹੜੀ ਇਹਦੇ ਵਿੱਚ ਗਰੀਸ ਲੱਗੀ ਹੁੰਦੀ ਹੈ ਨਾ, ਅਸਲ ਕੰਮ ਉਹ ਖਰਾਬ ਕਰਦੀ ਹੈ। ਜਿੱਥੇ ਜਿੱਥੇ ਗਰੀਸ ਲੱਗੀ ਹੁੰਦੀ ਹੈ ਨਾ, ਉਹ ਗਰੀਸ ਕੁਝ ਦੌਰਾਨੀਆਂ ਤੋਂ ਬਾਅਦ ਖੁਸ਼ਕ ਹੋ ਜਾਂਦੀ ਹੈ, ਅਤੇ ਜਦੋਂ ਵੇਖੋ ਨਾ ਜੀ ਨਵੀਂ ਲੱਗਦੀ ਹੈ ਗਰੀਸ ਨੂੰ ਜਾਂ ਪੁਰਜ਼ਿਆਂ ਨੂੰ ਜਾਂ ਪਿਸਟਲ ਨੂੰ, ਜਦੋਂ ਪੈਕ ਹੋਵੇ ਉਦੋਂ ਤਾਂ ਨਵੀਂ ਨਹੀਂ ਨਾ ਜਾਂਦੀ, ਲੇਕਿਨ ਜਿਸ ਵੇਲੇ ਇਹਨੂੰ ਨਵੀਂ ਲੱਗਦੀ ਹੈ ਨਾ, ਅਤੇ ਜਿੱਥੋਂ ਜਿੱਥੋਂ ਤੁਸੀਂ ਫਿਰ ਗਰੀਸ ਲਾਓਗੇ ਨਾ, ਤਾਂ ਥੱਲੋਂ ਤੁਸੀਂ ਵੇਖਿਆ ਜੇ ਜੰਗ ਲਾਉਂਦੀ ਹੈ। ਮਤ ਸੋਚਿਆ ਜੇ ਕਿ ਜਿਹੜਾ ਵਲੈਤੀ ਪਿਸਟਲ ਲੈ ਲਿਆ ਉਹਦੇ ਉਹਨੂੰ ਹੁਣ ਸਾਫ਼ ਕਰਨ ਦੀ ਲੋੜ ਹੀ ਕੋਈ ਨਹੀਂ, ਉਹਦੀ ਗਰੀਸ ਵੀ ਸਾਫ਼ ਨਹੀਂ ਕਰਨੀ, ਕੋਈ ਮਸਲਾ ਹੀ ਕੋਈ ਨਹੀਂ, ਇਹਨੂੰ ਜੰਗ ਲੱਗਣਾ ਹੀ ਕੋਈ ਨਹੀਂ। ਬਿਲਕੁਲ ਨਹੀਂ ਪਈ ਜੀ, ਵਲੈਤੀ ਪਿਸਟਲਾਂ ਨੂੰ ਵੀ ਜੰਗ ਪੈ ਜਾਂਦਾ। ਲਓ ਜੀ, ਹੁਣ ਮੈਂ ਤੁਹਾਨੂੰ ਦੱਸਦਾ ਕਰਨਾ ਕੀ ਹੈ। ਜੇ ਤਾਂ ਤੁਸੀਂ ਲਿਆ ਨਾ ਪਿਸਟਲ, ਫਿਰ ਤੁਸੀਂ ਲੈਣਾ ਇੱਕ ਲੀਟਰ ਡੀਜ਼ਲ, ਅਤੇ ਜੇ ਤੁਸੀਂ ਲਈ ਰਾਈਫਲ ਕਲਾਸ਼ਨ ਜਾਂ 44 ਜਾਂ ਕੋਈ ਹੋਰ ਰਾਈਫਲ, ਅਤੇ ਫਿਰ ਤੁਸੀਂ ਲੈ ਲੈਣਾ 2 ਲੀਟਰ ਡੀਜ਼ਲ। ਇੱਕ ਬਰਤਨ ਲੈਣਾ ਪਰਾਤ ਟੈਪ, ਪਰਾਤ ਲੈ ਲਓ, ਟੱਪ ਲੈ ਲਓ, ਜਿਹਦੇ ਵਿੱਚ ਅਸੀਂ ਵੈਪਨ ਡਿਪ ਕਰ ਛੱਡੀਏ ਉਸ ਡੀਜ਼ਲ ਦੇ ਵਿੱਚ। ਵੈਪਨ ਨੂੰ ਇੱਕ ਦਫ਼ਾ ਖੋਲ੍ਹਣਾ, ਖੋਲ੍ਹ ਕੇ ਦੰਦਾਂ ਵਾਲਾ ਬੁਰਸ਼ ਜਾਂ ਪੇਂਟ ਵਾਲਾ ਬੁਰਸ਼ ਨਹੀਂ ਹੁੰਦਾ ਕੋਈ 2 ਇੰਚ ਦਾ ਜਾਂ 1.5 ਇੰਚ ਦਾ, ਇਹ ਤੁਸੀਂ ਲੈ ਲੈਣਾ। ਲੈ ਕੇ ਅਤੇ ਪਹਿਲਾਂ ਵੈਪਨ ਨੂੰ ਕਰਨਾ ਡਿਪ, ਮਤਲਬ ਕਿ ਡੀਜ਼ਲ ਦੇ ਵਿੱਚ ਡਿਪ ਕਰਕੇ ਜਨਾਬ ਬਾਹਰ ਕੱਢ ਕੇ ਫਿਰ ਉਹਨੂੰ ਅੱਛੇ ਤਰੀਕੇ ਨਾਲ ਬੁਰਸ਼ ਮਾਰਨਾ, ਯਾਨੀ ਕਿ ਜਿਹੜੀ ਵਿੱਚ ਗਰੀਸ ਲੱਗੀ ਹੈ ਨਾ ਉਹ ਗਰੀਸ ਲਾਉਣੀ ਚੰਗੀ ਤਰ੍ਹਾਂ ਬੈਰਲ ਦੇ ਵਿੱਚੋਂ, ਬਾਡੀ ਦੇ ਉੱਤੋਂ, ਪੁਰਜ਼ਿਆਂ ਦੇ ਵਿੱਚ ਚੰਗੀ ਤਰੀਕੇ ਨਾਲ ਨਾ ਅੱਛੇ ਤਰੀਕੇ ਨਾਲ ਇੱਕ ਦਫ਼ਾ ਗਰੀਸ ਕੱਢਣੀ ਹੈ। ਕੱਢ ਕੇ ਫਿਰ ਜਨਾਬ ਡਿਪ ਕਰਨਾ ਇੱਕ ਦਫ਼ਾ ਉਸ ਡੀਜ਼ਲ ਦੇ ਵਿੱਚ, ਡਿਪ ਕਰਕੇ ਬਾਹਰ ਕੱਢ ਕੇ ਚੰਗੀ ਤਰ੍ਹਾਂ ਛੰਡ ਕੇ ਨਾ ਇੱਕ ਦਫ਼ਾ, ਮਤਲਬ ਕਿ ਜਿਹੜਾ ਡੀਜ਼ਲ ਹੈ ਚੰਗੀ ਤਰ੍ਹਾਂ ਨੁੱਚੜ ਨੱਚੜ ਜਾਏ, ਇੱਕ ਦਫ਼ਾ ਟਾਕੀ ਸ਼ਾਕੀ ਮਾਰ ਕੇ ਫਿਰ ਤੁਸੀਂ ਕੀ ਕਰਨਾ, WD-40 ਮਾਰਨਾ ਇਹਦੇ 'ਤੇ, ਮਤਲਬ ਕਿ ਅੱਛੇ ਤਰੀਕੇ ਨਾਲ ਪੁਰਜ਼ਿਆਂ 'ਤੇ, ਬੈਰਲ ਦੇ ਵਿੱਚ, ਬਾਡੀ 'ਤੇ ਚੰਗੀ ਤਰੀਕੇ ਨਾਲ ਨਾ WD-40 ਮਾਰ ਕੇ, ਅਤੇ ਇਹਦੇ 'ਤੇ ਅੱਛੇ ਤਰੀਕੇ ਨਾਲ ਕੱਪੜਾ ਮਾਰਨਾ, ਕੱਪੜਾ ਮਾਰ ਕੇ ਅਤੇ ਫਿਰ ਜਨਾਬ ਜਿਹੜਾ ਗਨ ਦੇ ਨਾਲ ਜਾਂ ਪਿਸਟਲ ਦੇ ਨਾਲ ਤੁਹਾਨੂੰ ਆਇਲ ਮਿਲਿਆ ਨਾ, ਤੁਸੀਂ ਉਹ ਮਤਲਬ ਕਿ ਸਾਰਿਆਂ ਪੁਰਜ਼ਿਆਂ 'ਤੇ, ਬੈਰਲ ਦੇ ਵਿੱਚ, ਸਾਰਿਆਂ ਸਪਰਿੰਗਾਂ 'ਤੇ ਅਪਲਾਈ ਕਰ ਦੇਣਾ। ਅਪਲਾਈ ਕਰਕੇ ਅੱਛੇ ਤਰੀਕੇ ਨਾਲ ਕੱਪੜਾ ਮਾਰਨਾ। ਲਓ ਜੀ, ਤੁਹਾਡਾ ਜਿਹੜਾ ਪਿਸਟਲ ਹੈ ਜਾਂ ਤੁਹਾਡੀ ਰਾਈਫਲ ਹੈ ਰੈਡੀ ਟੂ ਫਾਇਰ ਹੈ। ਇਸ ਤਰੀਕੇ ਨਾਲ ਅਗਰ ਤੁਸੀਂ ਅੱਛੇ ਤਰੀਕੇ ਨਾਲ ਸਾਫ਼ ਕਰਕੇ ਵੈਪਨ ਨੂੰ, ਅਤੇ ਫਿਰ ਤੁਸੀਂ ਮਤਲਬ ਕਿ ਫਾਇਰ ਕਰਨਾ ਸਟਾਰਟ ਕਰੋਗੇ, ਅਤੇ ਇਨਸ਼ਾਅੱਲਾ ਤਾਲਾ ਤੁਹਾਡਾ ਜਿਹੜਾ ਪਿਸਟਲ ਹੈ ਜਾਂ ਰਾਈਫਲ ਹੈ ਲੰਮੇ ਅਰਸੇ ਤੱਕ ਚੱਲੇਗੀ। ਮੇਨ ਮਸਲਾ ਬਣਦਾ ਜਨਾਬ ਸਪਰਿੰਗਾਂ ਨੂੰ। ਵੇਖੋ ਨਾ ਜੀ, ਅਸੀਂ ਕੀ ਕਰੀਦਾ, ਨਵਾਂ ਪਿਸਤੌਲ ਲਵੀਦਾ ਜਾਂ ਨਵੀਂ ਰਾਈਫਲ ਲਈਦੀ ਹੈ। ਜ਼ਿਆਦਾਤਰ ਪਿਸਤੌਲਾਂ 'ਚ ਇਹ ਮਸਲਾ ਬਣਦਾ ਕਿ ਕੀ ਕਰੀਦਾ, ਅਸੀਂ ਪਿਸਤੌਲ ਲੈਂਦੇ ਹਾਂ, ਲੈ ਕੇ ਜਨਾਬ ਅਤੇ 2-4 ਫਾਇਰ ਕੀਤੇ, ਫਾਇਰ ਕਰਕੇ ਉਹਨੂੰ ਸਾਫ਼ ਸੁਫ਼ ਕਰਕੇ ਜਨਾਬ 'ਤੇ ਰੱਖ ਛੱਡੀਦਾ, ਅਤੇ ਜਿਸ ਵੇਲੇ ਕੋਈ ਸਾਲ ਬਾਅਦ ਜਾਂ ਕੋਈ 6 ਮਹੀਨਿਆਂ ਬਾਅਦ ਕੱਢੀਦਾ, ਜਦੋਂ ਸਾਨੂੰ ਕੋਈ ਲੋੜ ਪਵੇ, ਤਾਂ ਉਸ ਵੇਲੇ ਜਨਾਬ ਇਹ 3-3 2-2 3-3 ਸੱਟਾਂ ਮਾਰਦਾ, ਮੋੜੇ ਵਿੱਚ ਫਾਇਰ ਹੁੰਦਾ,
ਫਿਰ ਗੋਲੀ ਚੱਲਦੀ। ਉਹਦੀ ਰੀਜ਼ਨ ਕੀ ਹੁੰਦੀ ਕਿ ਜਿਹੜਾ ਪਿੱਛੇ ਹੈਮਰ ਹੈ ਨਾ, ਇਹਦਾ ਜਿਹੜਾ ਸਪਰਿੰਗ ਹੈ ਉਹਦੀ ਤਾਕਤ ਘੱਟ ਗਈ ਹੁੰਦੀ ਹੈ। ਅਤੇ ਤਾਕਤ ਕਿਉਂ ਘੱਟਦੀ ਹੈ? ਇਹ ਜਿਹੜਾ ਜ਼ੰਗ ਹੈ ਨਾ, ਇਹ ਜਨਾਬ ਸਪਰਿੰਗ ਦੀ ਤਾਕਤ ਘਟਾ ਛੱਡਦਾ। ਅਤੇ ਇਸ ਕਰਕੇ ਬਿਹਤਰ ਹੈ ਕਿ ਜਿਤਨੇ ਵੀ ਮਸਲ ਕਹਿੰਦੇ ਵਿੱਚ ਸਪਰਿੰਗ ਨੇ, ਪੁਰਜ਼ੇ ਨੇ, ਉਹਨਾਂ ਤੋਂ ਇੱਕ ਨਾ ਗਰੀਸ ਲਾਓ, ਗਰੀਸ ਲਾ ਕੇ ਅੱਛੇ ਤਰੀਕੇ ਨਾਲ WD-40 ਮਾਰੋ, ਫਿਰ ਗਨ ਆਇਲ ਇਹਨਾਂ 'ਤੇ ਲਾਓ, ਅਤੇ ਇਨਸ਼ਾਅੱਲਾ ਤਾਲਾ ਜਿਹੜੇ ਇਹ ਸਪਰਿੰਗ ਨੇ ਇਹਨਾਂ ਦੀ ਲਾਈਫ ਹੋਰ ਵਧੇਗੀ। ਕਈ ਬੰਦਿਆਂ ਦੇ ਨਹੀਂ, ਸਾਡੇ ਕੋਲ ਵਲੈਤੀ ਪਿਸਟਲ ਹੈ ਅਤੇ ਇਹਨੂੰ ਕੀ ਸਾਫ਼ ਕਰਨਾ, ਕੋਈ ਮਸਲਾ ਹੀ ਨਹੀਂ, ਇਹ ਤਾਂ ਬੜਾ ਕਮਾਲ ਦਾ ਲੋਹਾ ਪਏ ਜੀ, ਜੰਗ ਉਹਨੂੰ ਵੀ ਪੈ ਜਾਂਦਾ ਜੇ। ਜਿਸ ਵੇਲੇ ਇੱਕ ਨਾ ਜੰਗ ਸ਼ੁਰੂ ਹੋ ਜਾਵੇ ਨਾ, ਤਾਂ ਮੁੜ ਜਨਾਬ ਇਹ ਜੰਗ ਵੀ ਕੋਈ ਨਹੀਂ ਜੇ ਫੜਿਆ ਜਾਂਦਾ, ਇਹ ਫਿਰ ਮਸਲ ਕਿ ਸਿਰੇ ਰੰਗ ਦੇ ਵੀ ਚੜ੍ਹਦਾ, ਸ਼ਾਇਦ ਉਂਝ ਵੀ ਫੜਿਆ ਬਰੋਬੀ ਜੀ ਲੱਗਦੀ ਹੈ ਅਗਰ ਇਹਨੂੰ ਜੰਗ ਪੈਣਾ ਸ਼ੁਰੂ ਹੋ ਜਾਵੇ। ਤਾਂ ਕੋਸ਼ਿਸ਼ ਕਰੋ ਹਫ਼ਤੇ ਬਾਅਦ, 10 ਦਿਨ ਬਾਅਦ, ਖਾਸ ਕਰ ਸਾਉਣ ਭਾਦਰੋਂ ਅਤੇ ਸਰਦੀਆਂ ਦੇ ਵਿੱਚ ਵੈਪਨ ਨੂੰ ਲਾਜ਼ਮੀ ਸਾਫ਼ ਕਰੋ, ਅਤੇ ਗਰਮੀਆਂ ਦੇ ਵਿੱਚ ਅਗਰ ਮਹੀਨੇ ਬਾਅਦ ਵੀ ਤੁਸੀਂ ਸਾਫ਼ ਕਰਦੇ ਹੋ ਕੋਈ ਮਸਲਾ ਨਹੀਂ ਹੈ, ਲੇਕਿਨ ਵੈਪਨ ਨੂੰ ਲੁਬਰੀਕੇਟ ਕੀਤੀ ਰੱਖੋ। ਵੇਖੋ ਨਾ ਜੀ, ਜਿੰਨਾ ਅਸੀਂ ਇਹਨੂੰ ਮਤਲਬ ਕਿ ਆਇਲ ਜ਼ਿਆਦਾ ਇਹਨੂੰ ਲਾਵਾਂਗੇ, ਵੇਖੋ ਨਾ ਜੀ, ਹਫ਼ਤੇ 15 ਦਿਨਾਂ ਬਾਅਦ ਆਇਲ ਖੁਸ਼ਕ ਹੋ ਜਾਂਦਾ, ਅਤੇ 10-15 ਦਿਨਾਂ ਬਾਅਦ ਇਹਨੂੰ ਅਗਰ ਅਸੀਂ ਲੁਬਰੀਕੇਟ ਕੀਤੀ ਰੱਖਾਂ ਕਰਾਂਗੇ ਨਾ, ਇਹਦੇ ਨਾਲ ਇੱਕ ਤਾਂ ਪੁਰਜ਼ੇ ਨਹੀਂ ਕੱਸਦੇ, ਕਸਾਈ ਘੱਟ ਜਾਂਦੀ ਹੈ, ਦੂਜਾ ਸਪਰਿੰਗਾਂ ਦੀ ਪਾਵਰ ਬਰਕਰਾਰ ਰਹਿੰਦੀ ਹੈ, ਬੈਰਲ ਅੱਛੀ ਰਹਿੰਦੀ ਹੈ, ਅਤੇ ਵੈਪਨ ਇਤਬਾਰ ਵਾਲਾ ਰਹਿੰਦਾ। ਯਾਨੀ ਕਿ ਸਾਨੂੰ ਪਤਾ ਅਸਾਂ ਇਹਦੇ 'ਤੇ ਫਾਇਰ ਮਸਲ ਕਿ ਚਲਾਉਣਾ ਅਤੇ ਇਹ ਸਗੋਂ ਫਾਇਰ ਕਰਨਾ। ਵੈਪਨ ਦੀ ਅੱਛੀ ਚਲਾਈ ਵਾਸਤੇ ਇਹਦਾ ਸਾਫ਼ ਸਫਾਈ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਅੱਛਾ, ਪਿੰਡ ਨਾ ਜਨਾਬ ਇੱਕ ਬੰਦਾ ਗੱਲ ਸੁਣਾਉਂਦਾ, ਗੱਲ ਬੜੀ ਸਵਾਦ ਦੀ, ਮੈਂ ਕਿਹਾ ਚਲੋ ਤੁਹਾਨੂੰ ਭਰਾਵਾਂ ਨਾਲ ਵੀ ਸ਼ੇਅਰ ਕਰਦਾ। ਉਹ ਜਨਾਬ ਇੱਕ ਬੰਦੇ ਘੋੜੀ ਰੱਖੀ ਆਈ, ਘੋੜੀ ਬੜੀ ਨਸਲੀ, ਉਹ ਕਿਧਰੇ ਵੰਗਾਰ 'ਤੇ ਗਿਆ ਜਨਾਬ, ਅਤੇ ਜਿਸ ਵੇਲੇ ਵੰਗਾਰ 'ਤੇ ਗਿਆ ਉੱਥੇ ਕੰਮ ਹੋ ਗਿਆ ਖਰਾਬ, ਅਤੇ ਰਹਿ ਵੀ ਇਕੱਲਾ ਗਿਆ। ਉਧਰੋਂ ਲੜਾਈ ਦੇ ਮਸਲ ਕੇ ਦੌਰਾਨ ਨਾ ਘੋੜੀ ਦੀ ਅੱਖ ਵੀ ਨਿਕਲ ਗਈ, ਅਤੇ ਘੋੜੀ ਸੀ ਨਸਲੀ। ਖੈਰ ਡਿੱਗ ਧਰੂ ਕੇ ਨਾ ਘੋੜੀ ਜਨਾਬ ਨਾ ਮਾਲਕ ਨੂੰ ਬਚਾ ਲਿਆਈ। ਪਹਿਲਾਂ ਨਾ ਲੋਕ ਜਾਨਵਰਾਂ ਨਾਲ ਬੜਾ ਪਿਆਰ ਕਰਦੇ ਹਨ, ਉਸ ਵੇਚੀ ਨਾ ਕਿ ਇਸ ਮੇਰੀ ਜਾਨ ਬਚਾਈ। ਉਹ ਜਨਾਬ ਅੱਲਾਹ ਦੀ ਕਰਨੀ ਇੰਝ ਹੋਈ ਕਿ ਅੱਗੋਂ ਘੋੜੀ ਮੁੜ ਸੂਣ ਵਾਲੀ ਹੋ ਗਈ। ਉਹ ਜਿਸ ਵੇਲੇ ਸੂਈ ਨਾ, ਅਤੇ ਉਸ ਜਨਾਬ ਵਛੇਰਾ ਦਿੱਤਾ ਸਾਵੇ ਰੰਗ ਦਾ, ਅਤੇ ਵਛੇਰਾ ਜਨਾਬ ਮਾਂ ਨਾਲ ਵਿੱਚੋਂ ਖਾ ਨਖਰਾ, ਅਤੇ ਜਿਸ ਵੇਲੇ ਆਇਆ ਨਾ ਪੂਰੇ ਜੋਬਨ 'ਤੇ, ਅਤੇ ਟੁਰੇ ਜਨਾਬ ਦੁਨੀਆ ਖਲੋ ਖਲੋ ਕੇ ਵੇਖ, ਏਡਾ ਸੋਹਣਾ ਵਛੇਰਾ। ਉਹ ਚਿਰਾਂ ਨੂੰ ਜਨਾਬ ਨਾ ਉਹ ਜਣੇ ਦੇ ਮੋੜੇ ਵੇ ਕੇ ਫਟੀਕ ਪੈ ਗਈ ਕੋਈ, ਉਸ ਆਖਿਆ ਘੋੜੀ ਤਾਂ ਹੁਣ ਰਹਿ ਗਈ ਏ, ਅਤੇ ਕਿਉਂ ਨਾ ਇਹਨੂੰ ਵਛੇਰੇ ਨੂੰ ਐਤਕੀ ਜਨਾਬ ਖੜਾ। ਉਹ ਕੁਝ ਡੰਗ ਪਹਿਲੂ ਉਸ ਨਾ ਵਛੇਰੇ ਨੂੰ ਅਤੇ ਘੋੜੀ ਨੂੰ ਖੋਲ੍ਹਿਆ, ਉਹ ਜਿਸ ਵੇਲੇ ਘੋੜੀ ਥੋੜ੍ਹਾ ਜਿਹਾ ਟੁਰੀ ਨਾ, ਤਾਂ ਘੋੜੀ ਨੂੰ ਠੁੱਡਾ ਲੱਗਾ, ਘੋੜੀ ਡਿੱਗ ਪਈ। ਵਛੇਰਾ ਪੁੱਛਦਾ ਮਾਂ ਡਿੱਗੀ ਕਿਉਂ ਮੈਂ? ਉਸ ਆਖਿਆ ਪੁੱਤਰ ਮੇਰੀ ਇੱਕ ਅੱਖ 'ਚ ਦਿਸਦਾ ਨਹੀਂ ਅਤੇ ਇਸ ਕਰਕੇ ਡਿੱਗੀ। ਉਹ ਅੱਗੋਂ ਪੁੱਛਦਾ ਮਾਂ ਅੱਖ ਨੂੰ ਕੀ ਹੋਏ? ਉਸ ਆਖਿਆ ਕਿ ਇਸ ਤਰ੍ਹਾਂ ਤੇਰੇ ਮਾਲਕ 'ਤੇ ਸੌੜ ਭੀੜ ਬਣੀ ਸੀ ਅਤੇ ਮਰ ਜਾਣਾ ਸਾਸੂ, ਅਤੇ ਮੈਂ ਉਹਨੂੰ ਉੱਥੋਂ ਬਚਾ ਲਿਆਈ, ਮੇਰੀ ਮੁੜ ਅੱਖ ਮਤਲਬ ਕਿ ਉਹ ਲੜਾਈ ਦੇ ਵਿੱਚ ਮੇਰੀ ਅੱਖ ਵੀ ਨਿਕਲ ਗਈ। ਅੱਗੋਂ ਵਛੇਰਾ ਆਉਂਦਾ ਮਰਾਹ ਛੱਡਣਾ ਸਹੀ, ਤੂੰ ਕਿਹੜੇ ਵੇ ਕੇ ਲਾਲਚ ਕਰਦੀ ਰਹੀ ਹੈ, ਕਿਹੜੇ ਲਾਲਚ ਨੂੰ ਪਈ ਰਹੀ ਹੈ? ਘੋੜੀ ਮੁੜ ਅੱਗੋਂ ਨਸਲੀ ਆਈ, ਉਸ ਆਖਿਆ ਪੁੱਤਰ ਮੇਰੇ 'ਤੇ ਟਾਈਮ ਗਿਆ ਲੰਘ, ਤੇਰੇ 'ਤੇ ਆਇਆ ਨਾ ਤਾਂ ਮਰਾਹ ਛੱਡੀ ਸੂ। ਉਸ ਆਖਿਆ ਠੀਕ ਹੈ ਮਾਂ, ਮਰਾਹ ਛੱਡਾਂਗਾ। ਉਧਰੋਂ ਜਨਾਬ ਘਰੋਕਾ ਆ ਗਿਆ ਵੇ ਕਿ ਜਣੇ ਨੂੰ ਵੀ, ਅਤੇ ਉਸ ਜਨਾਬ ਉਸ ਆਖਿਆ ਵਛੇਰਾ ਖੜਦੇ ਹਾਂ, ਵਾਹ ਵਾਹ ਚੂਣ ਅਤੇ ਕਰਵਾਟ ਹੈ, ਕੁੱਤੀ ਵੀ ਕਢਾ ਜਾਣੀ ਸੋ। ਖੈਰ ਉਸ ਜਨਾਬ ਤਾਰੂ ਰੱਖਿਆ ਘੋੜੇ 'ਤੇ, ਵਾਘਾਂ ਛਿਕੀਆਂ 'ਤੇ ਜਨਾਬ ਲੈ ਗਿਆ ਵਛੇਰੇ ਨੂੰ। ਵਛੇਰਾ ਜਾਵੇ ਜਨਾਬ ਨੇਰੀ ਬਣਿਆ,
ਹੁਣ ਵਿਛੇਰੇ ਦੇ ਜ਼ਿਹਨ 'ਚ ਹੋਰ ਗੱਲ ਸੀ, ਮਾਲਕ ਦੇ ਜ਼ਿਹਨ 'ਚ ਹੋਰ ਗੱਲ ਸੀ। ਉਹ ਜਿਸ ਵੇਲੇ ਪੇੜੇ 'ਚ ਅੱਪੜੇ ਨਾ, ਅੱਲ ਅੱਲ ਹੋਈ ਜਨਾਬ, ਡਾਂਗ ਖੜਕੀ, ਉਹ ਵਰਤੀਤੀ ਜੋ ਪਿਛਲੀ ਵਾਰ ਇਹਨਾਂ ਨਾਲ ਹੋਈ ਸੀ, ਉਹ ਜਨਾਬ ਮੁੜ ਜਣਾ ਇਕੱਲਾ ਰਹਿ ਗਿਆ। ਜਣੇ ਦਾ ਜ਼ਿਹਨ ਇਹ ਸੀ ਕਿ ਮੁੜ ਨਿਕਲ ਜਾ ਸਾਂ। ਜਿਸ ਵੇਲੇ ਮਾਰੀ ਨਾ ਘੋੜੇ ਨੂੰ ਇਹ ਅੱਡੀ, ਅਤੇ ਘੋੜੇ ਦੇ ਜ਼ਿਹਨ 'ਚ ਮਾਲ ਹੀ ਗੱਲ ਸੀ। ਘੋੜੇ ਆਖਿਆ ਨਾ ਬਈ, ਜੋ ਡਾਂਗ ਸੋਟਾ ਖੜਕਾ ਛੱਡਿਆ ਜਣੇ। ਖੈਰ ਜਨਾਬ ਘੋੜਾ ਆਖੇ ਨਹੀਂ, ਅਤੇ ਅੱਲਾ ਦੀ ਮੁੜ ਕਰਨੀ ਕੀ ਹੋਈ ਕਿ ਜਿਹੜਾ ਮੁਖਾਲਫ ਪਾਰਟੀ ਸੀ ਨਾ, ਉਹਦੇ 'ਚੋਂ ਇੱਕ ਬੰਦੇ ਨੇ ਮਾਰਿਆ ਲਲ ਕਰਾ। ਉਸ ਆਖਿਆ ਗਾ ਮਾਰਨਾ ਰਲ ਕੇ ਸੱਟ ਆ ਧੀ ਆਵੇ ਸਾਵੇ ਵਾਲੇ ਦੇ। ਉਹ ਜਿਸ ਵੇਲੇ ਨਾ ਆਇਆ ਨਾ ਸਾਵੇ ਦਾ ਪਛੇਰਾ, ਤਾਂ ਜਨਾਬ ਨੇਰੀ ਹੋ ਗਿਆ, ਪੱਟ ਲੱਗਿਆ, ਲੈ ਆਇਆ ਜਨਾਬ ਮਾਲਕ ਨੂੰ ਬਚਾ ਕੇ। ਜਿਸ ਵੇਲੇ ਲੋਕੇ ਕੋਲ ਅੱਪੜਿਆ ਨਾ, ਤਾਂ ਘੋੜਾ ਬੋਲਿਆ, ਘੋੜੇ ਦੇ ਤਾਂ ਇਹ ਸੀ ਕਿ ਆਪਣਾ ਨਾਂ ਬਚਾ ਕੇ ਲਗਾ ਉਹਨਾਂ। ਉਹ ਜਿਸ ਵੇਲੇ ਆਵਾਜ਼ ਸੁਣੀ ਨਾ ਵਛੇਰੇ ਦੀ ਮਾਂ ਨੇ, ਉਹ ਬੜੀ ਪਰੇਸ਼ਾਨ ਹੋਈ। ਉਸ ਆਖਿਆ ਅਜਾਨ ਸਿਆਨ ਹੈ, ਅਤੇ ਸੱਚੀ ਮੁੱਚੀ ਨਾ ਕਿਤੇ ਮਰਾ ਆਇਆ ਹੋਵੇ। ਖੈਰ ਗਾ ਉਹ ਕਿ ਉਸ ਜਿਸ ਵੇਖਿਆ ਨਾ ਜਿਸ ਵੇਲੇ, ਅਤੇ ਦੋਵੇਂ ਖੈਰ ਖਰੀਤੀ ਲੱਗੇ ਉਹਦੇ ਨੂੰ। ਉਸ ਆਖਿਆ ਖੈਰ ਹੈ ਜਨਾਬ, ਆ ਕੇ ਨਾ ਜਣੇ ਜਨਾਬ ਤਾਰੂ ਕਲਿਆਰਾ ਲਾਇਆ ਵੇ ਕੇ ਵਛੇਰੇ ਤੋਂ ਮੱਥਾ ਚੁੰਮਿਆ ਵਛੇਰੇ ਦਾ। ਜਿਸ ਵੇਲੇ ਛੱਡਿਆ ਨਾ ਵਛੇਰੇ ਨੂੰ, ਤਾਂ ਵਛੇਰਾ ਗਿਆ ਮਾਂ ਕੋਲ, ਅਤੇ ਮਾਂ ਆਉਂਦੀ ਹੈ, ਮੁੜ ਅੱਜ ਮਰਾਇਆ ਨਹੀਂ ਹੋ। ਅੱਗੋਂ ਵਛੇਰਾ ਆਉਂਦਾ, ਮਾਂ ਮਰਾ ਛੱਡਿਆ ਸਹੀ, ਇਰਾਦਾ ਵੀ ਪੂਰਾ ਬਣ ਗਿਆ ਸਹੀ, ਅਤੇ ਮੈਂ ਅੱਗੋਂ ਤਿੜ ਵੀ ਪਿਆ ਸੂ ਨਾ ਸਾਵੇ ਦਾ ਆ ਗਿਆ ਸੀ। ਉਸ ਆਖਿਆ ਜਿਸ ਵੇਲੇ ਨਾ ਆਇਆ ਨਾ ਮਾਂ ਮੇਰਾ, ਅਤੇ ਲੀਕ ਮਾਂ ਤੈਨੂੰ ਵੀ ਲੱਗਦੀ ਸੀ ਅਤੇ ਲੱਗਦੀ ਨਸਲ ਨੂੰ ਸਹੀ, ਅਤੇ ਇਸ ਕਰਕੇ ਮੈਂ ਨਾ ਬਚਾ ਲਿਆ ਇਸ। ਅਤੇ ਅੱਗੋਂ ਮੁੜ ਘੋੜੀ ਆਉਂਦੀ ਹੈ, ਪੁੱਤਰ ਮੇਰੇ ਨਾਲ ਵੀ ਇੰਝ ਹੀ ਹੋਇਆ ਸੀ, ਨਾ ਮੇਰਾ ਵੀ ਕੁਮੈਦ ਸੀ। ਅਤੇ ਇਸ ਕਰਕੇ ਜਨਾਬ ਮਸਨਿਕ ਵਡੇਰੇ ਇਹ ਗੱਲਾਂ ਸੁਣਾਉਂਦੇ ਨੇ ਕਿ ਨਾ ਉਹ ਨਸਲਾਂ ਜਾਨਵਰਾਂ ਦੀਆਂ ਰਹਿ ਗਈਆਂ ਨੇ, ਅਤੇ ਨਾ ਉਹ ਨਸਲਾਂ ਬੰਦਿਆਂ ਦੀਆਂ ਰਹਿ ਗਈਆਂ। ਵੀਡੀਓ ਕਹਿੰਦੀ ਲੱਗੀ, ਇੱਕ ਮਿੰਟਾਂ 'ਚ ਲਾਜ਼ਮੀ ਦੱਸਿਆ ਜੀ। ਮਿਲਦੇ ਹਾਂ ਜੀ ਕਿਸੇ ਹੋਰ ਇਨਫੋਰਮੇਟਿਵ ਵੀਡੀਓ 'ਚ। ਇਜਾਜ਼ਤ ਦਿਓ ਜੀ, ਰੱਬ ਸੋਹਣੇ ਦੇ ਵਾਲੇ।